ਪੰਜਾਬ ਦੇ ਵਿੱਚ ਕੈਂਪ ਲਗਾਏ ਗਏ ਨੇ ਤਾਂ ਕਿ ਇੰਤਕਾਲ ਜਿਹੜੇ ਨੇ ਉਹ ਕੀਤੇ ਜਾ ਸਕਣ ਜਿੱਥੇ-ਜਿੱਥੇ ਇੰਤਕਾਲ ਪੈਂਡਿੰਗ ਨੇ ਕੈਬਨ ਮੰਤਰੀ ਆਪ ਜਾ ਕੇ ਚੈੱਕ ਕਰ ਰਹੇ ਕਿ ਲੋਕਾਂ ਦੇ ਇੰਤਕਾਲ ਹੋ ਵੀ ਰਹੇ ਨੇ ਜਾਂ ਫਿਰ ਲੋਕਾਂ ਨੂੰ ਕਿਸੇ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਬ੍ਰਹਮਚੰਦਰ ਜਿੰਪਾ ਜੀ ਸਾਡੇ ਨਾਲ ਜਿੰਪਾ ਜੀ ਕੈਂਪ ਤੁਸੀਂ ਪਹਿਲਾਂ ਵੀ ਲਾਇਆ ਹੁਣ ਵੀ ਲਾ ਰਹੇ ਹੋ ਆਸ ਕਰੀਏ ਕਿ ਲੋਕ ਥੋੜੇ-ਬਹੁਤੇ ਸਖਾਵੇਂ ਹੋਣਗੇ ਜਿਹੜੇ ਗੇੜੇ ਮਾਰ-ਮਾਰ ਥੱਕੇ ਪਏ ਸੀ ਦੇਖੋ ਜੀ ਅਗਰ 31.5 ਹਜ਼ਾਰ ਇੱਕ ਦਿਨ ਦੇ ਵਿੱਚ ਹੋਇਆ ਤਾਂ ਇਟ ਮੀਨਸ ਲੋਕਾਂ ਨੂੰ ਬਹੁਤ ਰਾਹਤ ਜਿਹੜੀ ਮਾਨਜੁਗ ਮੁੱਖ ਮੰਤਰੀ ਜੀ ਨੇ ਛੁੱਟੀ ਵਾਲੇ ਦਿਨ ਡਾਇਰੈਕਸ਼ਨ ਦਿੱਤੀ ਸੀ ਉਦੋਂ ਲਵਾਇਆ ਸੀ ਆਪਾਂ ਔਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਜਲੰਧਰ ਜੀ ਵੀ ਮੁੱਖ ਮੰਤਰੀ ਜੀ ਨੇ ਇੱਕ ਕੈਂਪ ਲਾਇਆ ਸੀਗਾ ਉਹਨਾਂ ਨੇ ਕਿਹਾ ਸੀ ਔਰ ਉਹਦੇ ਨਾਲ 800 ਤੱਕ ਲ ਇੱਕ ਦਿਨ ਦੇ ਵਿੱਚ ਹੋਇਆ ਸੀ ਔਰ ਮੈਨੂੰ ਲੱਗਦਾ ਅੱਜ ਲੋਕਾਂ ਨੂੰ ਕਿਉਂਕਿ ਮੁੱਖ ਮੰਤਰੀ ਜੀ ਨੇ ਉਸੇ ਹੀ ਦੁਆਰਾ ਨਿਰਦੇਸ਼ ਦਿੱਤਾ ਸੀਗਾ ਡਿਪਾਰਟਮੈਂਟ ਨੂੰ ਸਾਰੇ ਨੂੰ ਔਰ ਟਵੀਟ ਵੀ ਖੁਦ ਕਰ ਦਿੱਤਾ ਸੀ ਵੀ ਦੁਆਰਾ 15 ਤਰੀਕ ਨੂੰ ਕੈਂਪ ਲਗਾਇਆ ਜਾਏਗਾ ਅੱਜ ਇਹਦੇ ਬਹੁਤ ਅ ਔਰ ਇਹਦੇ ਨਾਲ ਨਾਲ ਜਿਹੜਾ ਡਿਪਟੀ ਕਮਿਸ਼ਨਰ ਮੁਹਾਲੀ ਜੀ ਨੇ ਜਿਹੜਾ ਹੈ ਇਹਨੂੰ ਖਾਨਗੀ ਤਕਸੀਮ ਦਾ ਨਾਲ ਹੀ ਕਿਹਾ ਪਈ ਉਹਨਾਂ ਦੇ ਵੀ ਨੋਟ ਕਰੋ ਤਾਂ ਕਿ ਲੋਕਾਂ ਦੇ ਸਬੰਧਿਤ ਇਸ਼ੂ ਜਿਹੜਾ ਟੇਬਲ ਤੇ ਬਹਿ ਕੇ ਹੱਲ ਹੋ ਜਾਵੇ ਜਿੰਪਾ ਜੀ ਇੱਕ ਕੰਪਲਿਕੇਟਿਡ ਬਹੁਤ ਨੇ ਮਾਲ ਮਹਿਕਮੇ ਦਾ ਰਿਕਾਰਡ ਮੈਨੂੰ ਤਾਂ ਹਾਲੇ ਦਿੱਕਰ ਵੈਸੇ ਚੱਜਣਾ ਸਮਝ ਨਹੀਂ ਆਇਆ ਹੈਗਾ ਤੁਹਾਡਾ ਤਾਂ ਮਹਿਕਮਾ ਤੁਸੀਂ ਤਾਂ ਜਾਣਦੇ ਹੋ ਪਰ ਇਹਦੇ ਵਿੱਚ ਜਿਵੇਂ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਇੰਤਕਾਲ ਨੂੰ ਲੈ ਕੇ ਵੱਖਰਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਨਹੀਂ ਲੱਗਦਾ ਕਿ ਜਿੰਨੀਆਂ ਕੰਪਲਿਕੇਸ਼ਨ ਇਹਦੇ ਵਿੱਚ ਹੈਗੀਆਂ ਨੇ ਥੋੜਾ ਬਹੁਤਾ ਆਸਾਨ ਕੀਤਾ ਜਾ ਸਕਦਾ ਹੈ ਕੀ ਇਹਦੇ ਬਾਰੇ ਕੋਈ ਵਿਚਾਰ ਹੈ ਕਿ ਕਿ ਬਿਲਕੁਲ ਇਹਦੇ ਲਈ ਵੀ ਆਲਰੇਡੀ ਅਸੀਂ ਪਾਇਲਟ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਉਹ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਲੇਕਿਨ ਇਹਦੇ ਵਿੱਚ ਵੀ ਇੱਕ ਇਸ਼ੂ ਹੈ ਵੀ ਅਗਰ ਰਜਿਸਟਰੀ ਹੋਣ ਤੋਂ ਬਾਅਦ ਬਾਈ ਚਾਂਸ ਕਿਸੇ ਦਾ ਇਹ ਨਾ ਹੋਵੇ ਜਿਹੜੇ ਟਾਈਮ ਦਿੱਤਾ ਜਾਂਦਾ ਉਹਦੇ 'ਚ ਹੁੰਦਾ ਉਹ ਕਿਸੇ ਦਾ ਕੋਬਜੈਕਸ਼ਨ ਜਾਂ ਕੋਈ ਗਲਤੀ ਨਹੀਂ ਹੈ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਕਰ ਰਹੇ ਹਾਂ ਉਹਨੂੰ ਲੇਕਿਨ ਡੈਫੀਨਿਟਲੀ ਵੀ ਜਲ ਤ ਤੁਹਾਨੂੰ ਰਾਹਤ ਮਿਲੇਗੀ ਲੋਕ ਇੱਕ ਜਿਵੇਂ ਸੀਮ ਸਿੰਘ ਸਾਹਿਬ ਨੇ ਉਹ ਕਿਹਾ ਸੀ ਕਿ ਭਾਸ਼ਾ ਜਿਹੜੀ ਹੈ ਬੜੀ ਆਸਾਨ ਕੀਤੀ ਜਾ ਰਹੀ ਹੈ ਆ ਕਿਉਂਕਿ ਜੇ ਤੁਸੀਂ ਪੁਰਾਣਾ ਰਿਕਾਰਡ ਕੱਢ ਲਓ ਤਾਂ ਬੜਾ ਕਨਫਿਊਜ਼ ਹੋ ਜਾਂਦੇ ਹੋ ਵੇਖੋ ਭ ਉਹਨੂੰ ਬੜੋ ਬਹੁਤ ਅੱਛੀ ਭਾਸ਼ਾ ਉਹਦੇ ਵਿੱਚ ਪਤਾ ਲੱਗਦਾ ਪਿਆ ਹਰ ਇੱਕ ਚੀਜ਼ ਕਲੀਅਰ ਹੈ ਕੁਛ ਨਾ ਕੁਛ ਅਗਰ ਲੋਕਾਂ ਵੱਲੋਂ ਹੋ ਰਾਇਗਾ ਉਹਨੂੰ ਵੀ ਠੀਕ ਕਰਾਂਗੇ ਆਖਰੀ ਸਵਾਲ ਕਿ ਜੇ ਕਿਸੇ ਨੂੰ ਮੰਨ ਲਓ ਤੁਹਾਡੇ ਸਕੈਂਪ ਤੋਂ ਬਾਅਦ ਵੀ ਕੋਈ ਦਿੱਕਤ ਆਉਂਦੀ ਹੈ ਕਿਸੇ ਦਾ ਕਿਤੇ ਪੈਂਡਿੰਗ ਰਹਿ ਜਾਂਦਾ ਤਾਂ ਉਹ ਫਿਰ ਕਿਹਨੂੰ ਮਿਲੇ ਤੁਹਾਡੇ ਤੱਕ ਤਾਂ ਅਪਰੋਚ ਨਹੀਂ ਹੋ ਸਕਦੀ ਸਿੱਧੀ ਡੈਫੀਨੇਟਲੀ ਹੈ ਭੀ ਰੈਵਨਿਊ ਡਿਪਾਰਟਮੈਂਟ ਨੂੰ ਡਿਪਟੀ ਕਮਿਸ਼ਨਰ ਲੈਵਲ ਦਾ ਦੇਖਿਆ ਜਾਂਦਾ ਪਹਿਲਾਂ ਤਾਂ ਜਨਰਲ ਲੈਵਲ ਤੇ ਅਗਰ ਆਂਦਾ ਇਸ਼ੂ ਤਾਂ ਡਿਪਟੀ ਕਮਿਸ਼ਨਰ ਤੋ ADC ADC ਤੋਂ SDM ਬੈਠੇ ਆ। ਅਗਰ ਡਿਪਟੀ ਕਮਿਸ਼ਨ ਕੋਲ ਤੁਹਾਨੂੰ ਜਾਂਦੇ ਆ ਤਾਂ ਡੈਫੀਨੇਟਲੀ ਉਹਦਾ ਕੰਮ ਤਰੰਤ ਹੋਏਗਾ ਕੋਈ ਦਿੱਕਤ ਨਹੀਂ ਆਏ। ਜੇ ਸਾਰੇ ਸ਼ਿਕਾਇਤ ਰੋਣੀ ਤਾਂ ਤੁਹਾਡੇ ਕੋਲ ਆ ਜਾਣ। ਨਹੀਂ ਸ਼ਿਕਾਇਤ ਮਹਾਜਬ ਆਪਾਂ ਨੰਬਰ ਜਾਰੀ ਕੀਤਾ ਹੈ। ਅਗਰ ਉਸ ਦੇ باوجود ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਆਪਣੇ ਡਿਪਾਰਟਮੈਂਟ ਤੋਂ 8184900002 ਉਸ ਦੇ ਕੋਸ਼ਿਸ਼ ਕਰਨਗੇ। ਲਓ ਜੀ ਮੋਬਾਈਲ ਨੰਬਰ ਵੀ ਦੇ ਗਏ ਨੇ ਮੰਤਰੀ ਸਾਹਿਬ। ਕਿ ਜੇ ਕੋਈ ਫਿਰ ਵੀ ਸਮੱਸਿਆ ਆਉਂਦੀ ਹਾਲਾਂਕਿ ਕਹਿੰਦੇ ਕੈਂਪ ਲਾਏ ਜਾ ਰਹੇ ਨੇ ਤਾਂ ਕਿ ਇੰਤਕਾਲ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਕਿਉਂਕਿ ਅਨੇਕਾਂ ਇੰਤਕਾਲ ਜਿਹੜੇ ਨੇ ਉਹ ਵਾਰੀ ਵਾਰੀ ਸਾਹਮਣੇ ਆਉਂਦਾ ਹੈ ਕਿ ਭਈ ਇੰਤਕਾਲ ਨਹੀਂ ਹੁੰਦਾ ਇੰਤਕਾਲ ਨਹੀਂ ਹੁੰਦਾ ਕਦੇ ਦਫ਼ਤਰਾਂ ਦੇ ਗੇੜੇ ਮਾਰ ਮਾਰ ਥੱਕ ਗਏ ਆ ਤੇ ਪਰ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਇੰਤਕਾਲ ਕੈਂਪ ਲਾ ਕੇ ਵੀ ਜਿਹੜੇ ਹੈਗੇ ਆ ਤੁਹਾਡੇ ਨਾਮ ਤੇ ਕੀਤੇ ਜਾ ਰਹੇ ਨੇ ਚੜਾਏ ਜਾ ਰਹੇ ਨੇ ਫਿਰ ਵੀ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਤੁਸੀਂ ਜਾ ਕੇ ਇਸ ਦੇ ਸੰਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਸ ਡੀ ਐਮ ਤਹਿਸੀਲਦਾਰ ਕਿਸੇ ਨੂੰ ਵੀ ਸੰਪਰਕ ਕਰ ਸਕਦੇ ਹੋ ਤੇ ਜੇ ਫਿਰ ਵੀ ਗੱਲ ਨਹੀਂ ਬਣਦੀ ਤਾਂ ਫਿਰ ਮੰਤਰੀ ਸਾਹਿਬ ਨੇ ਨੰਬਰ ਦਿੱਤਾ ਉਹਦੇ ਤੇ ਘੰਟੀ ਮਾਰ ਸਕਦੇ ਹੋ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਿਪਿੰਦਰ ਸਿੰਘ ਭਰਾੜ న్యూਸ 18 ਮੁਹਾਲੀ